ਉਹ ਗੱਲ ਬਣੀ ਹੈ ਨਾ ਬਾਪ ਬੇਟਾ ਜਾ ਰਹੇ ਸਨ ਉਹਨਾਂ ਆਖਿਆ ਚਲੋ ਗਧਾ ਖਰੀਦਣਾ ਗਲਾ ਗਧਾ ਖਰੀਦ ਲਿਆ ਹੁਣ ਗਧਾ ਖਰੀਦ ਕੇ ਜਾ ਰਹੇ ਲੋਕਾਂ ਆਖਿਆ ਬੜੇ ਯਾਰ ਅਜੀਬ ਬੰਦੇ ਨੇ ਕੋਲ ਸਵਾਰੀ ਵੀ ਹੈ ਫਿਰ ਵੀ ਪੈਦਲ ਟੁਰਦੇ ਪਏ ਉਹਨਾਂ ਗੱਲ ਤਾਂ ਸਹੀ ਉਹ ਦੋਵੇਂ ਉੱਤੇ ਬਹਿ ਗਏ ਦੋਵੇਂ ਉੱਤੇ ਬਹਿ ਗਏ ਥੋੜ੍ਹਾ ਜਿਹਾ ਅੱਗੇ ਗਿਆ ਲੋਕਾਂ ਆਖਿਆ ਯਾਰ ਵੇਖੋ ਕਿੱਡੇ ਅਜੀਬ ਨੇ ਜਾਨਵਰ ਤਾਂ ਜ਼ੁਲਮ ਪਿਆ ਕਰਦੇ ਨੇ ਦੋਵੇਂ ਉੱਤੇ ਚੜ੍ਹੇ ਬੈਠਣ ਉਹਨਾਂ ਗੱਲ ਤਾਂ ਸਹੀ ਅਤੇ ਉਹ ਅੱਬਾ ਥੱਲੇ ਉੱਤਰ ਗਿਆ ਪੁੱਤਰ ਨੂੰ ਆਖਿਆ ਚੱਲ ਤੂੰ ਬਹਿ ਥੋੜ੍ਹਾ ਜਿਹਾ ਹੋਰ ਅੱਗੇ ਗਿਆ ਲੋਕਾਂ ਆਖਿਆ ਯਾਰ ਵੇਖ ਲਓ ਨਾ ਇਹ ਪੁੱਤਰ ਕਿੱਡਾ ਗੁਸਤਾਖ ਹੈ ਆਪ ਉੱਤੇ ਚੜ੍ਹ ਕੇ ਬੈਠਾ ਅਤੇ ਵਿਚਾਰਾ ਬਾਪ ਤੁਰ ਉਹਨੇ ਹੈ ਗੱਲ ਤਾਂ ਸਹੀ ਉੱਤੇ ਥੱਲੇ ਆ ਪੁੱਤਰ ਤੂੰ ਥੱਲੇ ਆ ਅੱਬਾ ਜੀ ਉੱਤੇ ਬਹਿ ਥੋੜ੍ਹਾ ਜਿਹਾ ਹੋਰ ਅੱਗੇ ਗਿਆ ਅਤੇ ਲੋਕਾਂ ਆਖਿਆ ਯਾਰ ਆ ਪਿਓ ਚੰਗਾ ਹੈ ਉਹ ਮਾਂ ਬਾਪ ਅਤੇ ਆਪਣੀ ਔਲਾਦ ਪਿੱਛੇ ਪਤਾ ਨਹੀਂ ਕੀ ਕਰਦੇ ਨੇ ਅਤੇ ਆਹ ਚੰਗਾ ਅੱਬਾ ਹੈ ਵੀ ਪੁੱਤਰ ਵਿਚਾਰਾ ਟੁਰਿਆ ਜਾਂਦਾ ਅਤੇ ਆਪ ਉੱਤੇ ਲਦੀਜਿਆ ਹੋਇਆ ਉਹਨੇ ਆਹ ਹੁਣ ਚੰਗੀ ਗੱਲ ਹੈ ਵੀ ਕਿਹੜੇ ਪਾਸ ਚੱਲ ਯਾਰ ਤੂੰ ਵੀ ਲੱਥ ਜਾ ਅੱਬਾ ਵੀ ਲੱਥ ਗਿਆ ਪੁੱਤਰ ਵੀ ਲੱਥ ਗਿਆ ਖੋਤਾ ਵੀ ਪੈਦਲ ਅਤੇ ਅੱਬਾ ਵੀ ਪੈਦਲ ਅਤੇ ਜਨਾਬ ਪੁੱਤਰ ਵੀ ਪੈਦਲ ਥੋੜ੍ਹਾ ਜਿਹਾ ਹੋਰ ਅੱਗੇ ਗਿਆ ਲੋਕਾਂ ਆਖਿਆ ਜੀ ਬੰਦੇ ਨੇ ਸਵਾਰੀ ਕੋਲ ਸਾਰੀ ਪੈਦਲ ਜਾਣ ਉਹਨਾਂ ਆਖਿਆ ਹੁਣ ਜਾਈਏ ਕਿਹੜੇ ਪਾਸੇ ਉਹਨਾਂ ਜਨਾਬ ਬੰਨ ਬੁੰਨ ਕੇ ਖੋਤਾ ਹੀ ਤਾਂ ਚੁੱਕ ਲਿਆ ਉਹਨਾਂ ਆਖਿਆ ਖਰੇ ਹੋਣੀ ਬੰਦੇ ਰਾਜ਼ੀ ਹੋ ਉਹ ਜਦੋਂ ਪਿੰਡ 'ਚ ਬੜੇ ਨਾ ਹਰ ਬੰਦਾ ਹੀ ਵੇਖ ਕੇ ਹੱਸੀ ਜਾ ਹਰ ਬੰਦਾ ਹੀ ਉਹਨੇ ਆਖਿਆ ਕਿਉਂ ਹੱਸਦੇ ਜੇ ਉਹਨੇ ਹੱਸੀਏ ਨਾ ਅਤੇ ਹੋਰ ਕੀ ਕਰੀਏ ਭਲਾ ਕਿਸੇ ਨੇ ਗਧਾ ਵੀ ਚੁੱਕਿਆ ਤੁਸੀਂ ਗਧਾ ਹੀ ਚੁੱਕੀ ਫਿਰਦੇ ਹੋ ਉਹਨੇ ਸਾਰੀ ਦਾਸਤਾਨ ਸੁਣਾਈ ਉਹਨੇ ਆਖਿਆ ਪਹਿਲੇ ਇੰਜ ਸਾਂ ਅਤੇ ਤੁਸੀਂ ਫਿਰ ਰਾਜ਼ੀ ਨਹੀਂ ਫਿਰ ਅਸੀਂ ਉੱਤੇ ਬਹਿ ਗਿਆ ਤੁਸੀਂ ਫਿਰ ਰਾਜ਼ੀ ਨਹੀਂ ਫਿਰ ਮੈਂ ਪੁੱਤਰ ਉੱਤੇ ਬਹਾਇਆ ਤੁਸੀਂ ਫਿਰ ਰਾਜ਼ੀ ਨਹੀਂ ਫਿਰ ਮੈਂ ਬਹਿ ਗਿਆ ਫਿਰ ਰਾਜ਼ੀ ਨਹੀਂ ਤੁਸੀਂ ਰਾਜ਼ੀ ਵੀ ਹੁੰਦੇ ਹੋ ਔਰ ਫਿਰ ਕਿਸੇ ਸਿਆਣੇ ਬੰਦੇ ਨੇ ਆਖਿਆ ਓਏ ਲੋਕਾਂ ਮਗਰ ਨਹੀਂ ਲੱਗੀਦਾ ਲੋਕ ਰਾਜ਼ੀ ਹੁੰਦੇ ਲੋਕ ਨਹੀਂ ਰਾਜ਼ੀ ਹੁੰਦੇ ਜੱਗ ਰਾਜ਼ੀ ਨਾ ਕਰੋ ਰੱਬ ਰਾਜ਼ੀ ਕਰੋ ਜਿਹਦੇ 'ਤੇ ਰੱਬ ਰਾਜ਼ੀ ਹੋ ਜਾਏਗਾ ਉਹਦੇ 'ਤੇ ਜੱਗ ਆਪੇ ਰਾਜ਼ੀ ਹੋ ਜਾਏਗਾ ਅੱਲਾ 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 ਇਹ ਵੀ ਕੋਈ ਗੱਲ ਹੈ ਲੋਕ ਕੀ ਕਹਿਣਗੇ ਲੋਕਾਂ ਦੇ ਮਗਰ ਲੱਗ ਕੇ ਅਸੀਂ ਕੀ ਕਰਨਾ ਅਸੀਂ ਦੁਨੀਆ ਦੇ ਮਾਮਲੇ 'ਚ ਕਦੀ ਨਹੀਂ ਵੇਖਿਆ ਮੈਂ ਜੋ ਇੱਧਰੋਂ ਵਾਲ ਇੰਝ ਬਣਾ ਕੇ ਅਤੇ ਇੱਧਰੋਂ ਸਾਰੇ ਮਨਾ ਦੇਵਾਂ ਅਤੇ ਇੱਥੇ ਇੱਥੇ ਇੱਕ ਮਾੜੇ ਜਿਹੇ ਰੱਖ ਲਵਾਂ ਲੋਕ ਵੇਖ ਕੇ ਕੀ ਕਹਿਣਗੇ ਅਸੀਂ ਕਦੀ ਨਹੀਂ ਸੋਚਿਆ ਮੈਂ ਜੋ ਬੁੜੀਆਂ ਵਾਲੇ ਕੱਪੜੇ ਪਾ ਲਵਾਂ ਲੋਕ ਕੀ ਕਹਿਣਗੇ ਮੈਂ ਜੋ ਦਾੜੀ ਦਾ ਪੁੱਠਾ ਜਿਹਾ ਸਟਾਈਲ ਬਣਾ ਲਵਾਂ ਲੋਕ ਕੀ ਕਹਿਣਗੇ ਮੈਂ ਜੋ ਆਪਣੇ ਸਿਰ 'ਤੇ ਟਿੰਡ ਕਰਾ ਕੇ ਅਤੇ ਉੱਤੇ ਚੰਨ ਤਾਰਾ ਬਣਵਾ ਲਵਾਂ ਲੋਕ ਕੀ ਕਹਿਣਗੇ ਅਸੀਂ ਦੁਨੀਆ ਦੇ ਮਾਮਲੇ 'ਚ ਕਦੀ ਇਸ ਗੱਲ ਦਾ ਫਿਕਰ ਨਹੀਂ ਕੀਤਾ ਦੀਨ ਦੇ ਮਾਮਲੇ 'ਚ ਕਿਉਂ ਕਰਨੇ ਆ ਮੈਂ ਸ਼ਲਵਾਰ ਗਿੱਟਿਆਂ ਤੋਂ ਉੱਚੀ ਕਰ ਲਈ ਤਾਂ ਲੋਕ ਕੀ ਕਹਿਣਗੇ ਮੈਂ ਦਾੜੀ ਰੱਖ ਲਈ ਤਾਂ ਲੋਕ ਕੀ ਕਹਿਣਗੇ ਓਏ ਜਿਵੇਂ ਫੈਸ਼ਨ ਤੂੰ ਕਰੇ ਅਤੇ ਤੇਰੇ ਫੈਸ਼ਨ ਕਰਨ ਤੋਂ ਬਾਅਦ ਲੋਕ ਕੁਛ ਵੀ ਨਹੀਂ ਕਹਿੰਦੇ ਅੱਲਾ ਦੀ ਕਸਮੇ ਇਵੇਂ ਦਾੜੀ ਰੱਖ ਲੈ ਲੋਕ ਫਿਰ ਵੀ ਕੁਛ ਨਹੀਂ ਕਹਿਣਗੇ ਇਹ ਤੇਰਾ ਵਹਿਮ ਹੈ ਜਿਹੜਾ ਤੇਰੇ ਦਿਲ ਵਿੱਚ ਪੈਦਾ ਹੋ ਗਿਆ